ਫਾਈਨਲੀ ਜੀ ਸਾਡਾ ਪੀਜ਼ਾ ਆ ਚੁੱਕਿਆ ਹੈ ਔਰ ਨਾਲ ਟਿਸ਼ੂ ਵੀ ਦਿੰਦੇ ਜੀ ਟਿਸ਼ੂ ਦੇ ਤਾਂ ਪੈਸੇ ਨਹੀਂ ਲਾਏ ਨਾ ਇਹ ਫਰੀਆਂ ਵਿੱਚ ਚਲੋ ਠੀਕ ਹੈ ਜੀ ਐ ਫੜੋ ਜਨਾਬ ਐ ਫੜ ਫਿਰ ਜਿਹੜਾ ਨਾ ਤੂੰ ਸਾਈਕਲ ਹੀ ਤੇ ਆ ਗਿਆ ਤੂੰ ਪਿੱਛੇ ਮੋਟਰਸਾਈਕਲ ਤੇ ਬਹਿਣਾ ਸੀ ਮੋਟਰਸਾਈਕਲ ਤੇ ਲੈ ਆਵਾਂ ਕਿੰਨੇ ਪੈਸੇ ਹੋਣੇ 1360 ਐਕਸਟਰਾ ਚਾਰਜ ਨਹੀਂ ਹੁੰਦੇ ਨੋ ਸਰ ਵਾਹ ਜੀ ਵਾਹ ਫਿਰ ਤੇ ਯਾਰ ਕਮਾਲ ਹੋ ਗਿਆ ਅਬਦੁਲ ਵਹਾਬ ਵੀ ਉੱਠ ਚੁੱਕਿਆ ਔਰ ਅਸੀਂ ਪੀਜ਼ੇ ਵਗੈਰਾ ਲੈ ਕੇ ਆ ਗਏ ਹਾਂ ਆ ਆ ਨਾ ਬਾਜੀ ਰੱਖ ਉਹਦੇ ਪਰਾਂ ਐ ਨਹੀਂ ਮੁੜ ਖਾਣੇ ਔਰ ਐ ਆਏ ਨਹੀਂ ਜੀ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਹੈ ਯਾਰ ਲੈ ਅਸੀਂ ਫਰੋੜ ਕੇ ਵੇਖਣੀ ਅਬਦੁਲ ਵਹਾਬ ਵੀ ਡੱਬਾ ਡੱਬਾ ਰੱਖ ਕੇ ਆ ਗਏ ਇਹ ਕੀ ਹੈ ਨਾਲ ਮਿਲਣ ਜੀ ਇਹ ਦੇਖੋ ਪੈਕਟ ਕੋ ਟਮਾਟਰ ਵਗੈਰਾ ਦੇ ਦੋ ਪੈਕਟ ਹੈਗੇ ਕਾ ਹੈ ਇੱਕ ਆ ਔਰ ਨਾਲ ਹੈ ਜੀ ਨਾ 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 ਆਏ ਪਾਪਾ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋ ਇੱਕ ਮਿੰਟ ਖੋਲ ਲੈਣ ਦੇ ਫਿਰ ਤੈਨੂੰ ਵਿਖਾਣਾ ਹਾਂ ਖੋ ਜਾ ਟੇਪ ਵਗੈਰਾ ਲੱਗੀ ਹੋਈ ਇਸ ਦੇ ਵਿੱਚ ਕੀ ਚੀਜ਼ ਹੈਗੀ ਅੱਛਾ ਜੀ ਅਸੀਂ ਇਹ ਕੋਈ ਨਹੀਂ ਮੰਗਾਈ ਸੀ ਪਤਾ ਨਹੀਂ ਇਹ ਕੀ ਚੀਜ਼ ਉਹਨਾਂ ਨੇ ਭੇਜ ਦਿੱਤੀ ਸਾਨੂੰ ਕੁਛ ਸਮਝ ਨਹੀਂ ਆ ਰਹੀ ਪਤਾ ਨਹੀਂ ਕੀ ਸ਼ਾ ਹੈ ਉਹਨਾਂ ਨੇ ਮੈਨੂੰ ਐਕਸਟਰਾ ਕੋਈ ਨਾਲ ਚੀਜ਼ ਮਸਲ ਭੇਜੀ ਉਹਨਾਂ ਕੁਛ ਕੋਈ ਚੀਜ਼ ਹੈਗੀ ਕੋ ਨਹੀਂ ਸੀ ਅਤੇ ਉਹਨਾਂ ਨੇ ਇਹ ਭੇਜ ਦਿੱਤਾ ਮੇਰੇ ਖਿਆਲ ਹੈ ਔਰ ਇਸ ਦੇ ਅੰਦਰ ਹੈ ਜੀ ਪੀਜ਼ਾ ਇਹਨੂੰ ਖੋਲ ਇਹਨੂੰ ਖੋਲ ਪਟਨਾ ਖੋ ਜੇ ਖੋਜ ਇਸ ਦੇ ਅੰਦਰ ਹੈਗੇ ਜੀ ਔਨਲਾਈਨ ਦਾ ਇੱਕ ਜਿਹੜਾ ਹੈਗਾ ਨਾ ਮਸਲਾ ਹੈ ਜਿਸ ਤਰੀਕੇ ਦਾ ਮਸਲਾ ਉੱਥੇ ਬਹਿ ਕੇ ਖਾਣ ਨੂੰ ਮਿਲਦੀ ਨਾ ਕੋਈ ਚੀਜ਼ ਉਸ ਤਰ੍ਹਾਂ ਦਾ ਨਹੀਂ ਆਇਆ ਨੋਰਮਲ ਜੀ ਚੀਜ਼ ਹੈ ਜ਼ਿਆਦਾ ਕੁਆਲਿਟੀ ਵਾਲੀ ਚੀਜ਼ ਨਹੀਂ ਲੇਕਿਨ ਫਸਟ ਟਾਈਮ ਅਸੀਂ ਔਨਲਾਈਨ ਮੰਗਾਈ ਲੇਕਿਨ ਅੱਗੇ ਤੋਂ ਨਹੀਂ ਮੰਗਾਵਾਂਗੇ ਕਿਉਂਕਿ ਜਿੰਨੀਆਂ ਕੀ ਚੀਜ਼ਾਂ ਹੈਗੀਆਂ ਨਾ ਨੋਰਮਲ ਦੀਆਂ ਚੀਜ਼ ਹੈਗੀਆਂ ਦੇਖੋ ਨਾ ਨੋਰਮਲ ਜੀ ਚੀਜ਼ ਹੈ ਬਿਲਕੁਲ ਹੀ ਮਜ਼ੇਦਾਰ ਨਹੀਂ ਲੱਗ ਰਹੀ ਔਰ ਪੀਜ਼ਾ ਜਿਹੜਾ ਹੈਗਾ ਨਾ ਉਹ ਵੀ ਬੇਰੋਬਾ ਜਿਹਾ ਵੇਖਦੇ ਮਹਿਸੂਸ ਹੋ ਰਿਹਾ ਮਸਲ ਕਿਵੇਂ ਨਾ ਅਜੀਬ ਜਿਹਾ ਲੱਗ ਰਿਹਾ ਬਾਕੀ ਖਾ ਕੇ ਦੇਖਾਂਗੇ ਤਾਂ ਕਿਵੇਂ ਲੱਗੇਗਾ ਪਤਾ ਨਹੀਂ ਖਾ ਕੇ ਟੇਸਟ ਕਰਕੇ ਵੇਖਾਂਗੇ ਤਾਂ ਸ਼ਾਇਦ ਉਹਨਾਂ ਨਾਲ ਵੀ ਚੰਗਾ ਹੋਵੇ ਥੋੜ੍ਹਾ ਬਹੁਤ ਇਹਨਾਂ 'ਚ ਚੈੱਕ ਕੀਤਾ ਲੇਕਿਨ ਠੰਡਾ ਹੈਗਾ ਸੀ ਬੇਗਮ ਸਾਹਿਬਾਨਾ ਗਰਮ ਕਰਨ ਲੱਗੀ ਹੈ ਔਰ ਗੁਜ਼ਾਰੇ ਮੁਤਾਬਿਕ ਬਾਕੀ ਠੀਕ ਹੀ ਹੈ ਅਸੀਂ ਕਿਹੜਾ ਜਿਹੜਾ ਰੋਜ਼ ਖਾਣਾ ਲੇਕਿਨ ਸਿਹਤ ਵਾਸਤੇ ਉਹਨਾਂ ਦੀ ਚੀਜ਼ ਅੱਛੀਆਂ ਨਹੀਂ ਹਨ ਮੈਦਾ ਜਿਹਾ ਕੱਚਾ ਕੱਚਾ ਲੇਕਿਨ ਬੱਚੇ ਜਿਹੜੇ ਨਾ ਖਾ ਰਹੇ ਨੇ ਬੱਚੇ ਖਾ ਰਹੇ ਨੇ ਜੀ ਬੱਚੇ ਕਹਿ ਰਹੇ ਨੇ ਸਾਨੂੰ ਜਿਹੜਾ ਬੜੀ ਵਧੀਆ ਆਰਸ਼ਾ ਲੱਗ ਰਹੀ ਬੜੀ ਚੰਗੀ ਲੱਗ ਰਹੀ ਹੈ ਉਹ ਤਾਂ ਸਾਰਾ ਜਿਹੜਾ ਮੈਂ ਤਾਂ ਟੇਸਟ ਕੀਤੇ ਥੋੜ੍ਹਾ ਜਿਹਾ ਲੇਕਿਨ ਮੈਨੂੰ ਅੱਜ ਨਾ ਕੋਈ ਸ਼ਾਇਦ ਚੰਗੀ ਨਹੀਂ ਲੱਗ ਰਹੀ ਅਗਰ ਪਾਕਿਸਤਾਨ ਮੈਚ ਜਿੱਤ ਜਾਂਦਾ ਨਾ ਫਿਰ ਸ਼ਾਇਦ ਵਾਲੀ ਗੱਲ ਅਸੀਂ ਔਨਲਾਈਨ ਨਾ ਮੰਗਾਉਂਦੇ ਸੀ ਤੋੜ ਜਾ ਕੇ ਹੋਟਲ 'ਤੇ ਬਹਿ ਕੇ ਖਾਂਦੇ ਸੈਲੀਬ੍ਰੇਸ਼ਨ ਕਰਦੇ ਲੇਕਿਨ ਚਲੋ ਕੋਈ ਗੱਲ ਨਹੀਂ ਕੱਲ੍ਹ ਵੀ ਕਿਹਾ ਸੀ ਖੇਲੇ ਅੱਛਾ ਨੇ ਬਾਕੀ ਹਾਰ ਜਿੱਤ 'ਤੇ ਕੋਈ ਨਾ ਕੋਈ ਹਰਨਾ ਹੀ ਹੁੰਦਾ ਲੇਕਿਨ 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 ਦੇਖੋ ਜੀ ਬੱਚੇ ਜੋ ਕਰ ਰਹੇ ਖਾ ਲਿਆ ਜੀ ਕੀ ਸ਼ਾ ਪਾਣੀ ਵੱਟੀ ਗਿਆ ਕਿੱਥੇ ਪਾਣੀ ਵੱਟੀ ਗਿਆ ਕੱਪੜਿਆਂ ਤੇ ਵੱਟੀ ਗਿਆ ਚੱਲ ਕੋਈ ਨਹੀਂ ਖੈਰ ਔਰ ਅਬਦੁਲ ਵਹਾਬ ਨੇ ਅੱਜ ਹੀ ਫੌਜੀ ਵਾਲੇ ਕੱਪੜੇ ਪਾਏ ਹੋਏ ਨੇ ਆ ਦੇਖੋ ਸ਼ਰਟ ਸ਼ੁਰਟ ਸਾਰੇ ਨਵੀਂ ਪਾਈ ਗਈ ਹਾਂ ਸੋਹਣੇ ਆ ਨਾ ਕੱਪੜੇ ਭੇਜ ਗਏ ਨੇ ਬਸ ਚਲੋ ਖੈਰ ਕੁਛ ਵੀ ਨਹੀਂ ਹੁੰਦਾ ਹਾਂ ਠੀਕ ਹੈ ਜੀ ਠੀਕ ਹੈ ਲੈਬਾ ਪੀਜ਼ਾ ਕੀ ਹੋ ਖਾ ਲੈ ਨਹੀਂ ਆਪੋ ਆਪਦਾ ਅਬਦੁਲ ਰਹਿਮਾਨ ਤੇ ਆਪਣਾ ਮੁਕਾ ਕੇ ਬੈਠਾ ਹੈ ਲੈਬਾ ਹਲੇ ਤੱਕ ਜਿਹੜਾ ਮੈਂ ਖਾ ਰਹੀ ਹੈ ਅਬਦੁਲ ਵਹਾਬ ਦਾ ਮੁਕੰਮਲ ਪਿਆ ਹੋਵੇ ਨੱਕ ਵੀ ਸਾਰਾ ਗਾਲੀ ਕਲੀ ਤੇ ਕਮਿੰਦਾ ਦੇ ਚਲੋ ਜੀ ਬੱਚੇ ਤਾਂ ਜਿਹੜਾ ਇੰਜੋਏ ਕਰ ਰਹੇ ਨੇ ਤੇ ਬਾਕੀ ਮੈਂ ਵੀ ਥੋੜ੍ਹਾ ਬਹੁਤ ਜਿਹੜਾ ਟੇਸਟ ਕੀਤਾ ਲੇਕਿਨ ਮੰਗਾਏ ਬੱਚਿਆਂ ਵਾਸਤੇ ਸੀ ਅਸੀਂ ਤੇ ਸਮਝ ਲਓ ਕਿੰਨਾ ਕੋ ਨਹੀਂ ਖਾਂਦੇ ਲੇਕਿਨ ਬੇਗਮ ਸਾਹਿਬਾਂ ਨੇ ਖਾਇਆ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਸਰ ਬਣ ਬਈਆਂ ਦੇ ਸੁਬਹ ਹੋ ਚੁੱਕੀ ਆ ਰਾਤ ਨੂੰ ਪੀਜ਼ੇ ਵਗੈਰਾ ਖਾ ਕੇ ਜੀ ਸੌਂ ਗਏ ਸੀ ਔਰ ਅਬਦੁਲ ਵਹਾਬ ਦੇ ਕੰਮ ਤੁਸੀਂ ਚੈੱਕ ਫੌਜੀ ਬਣਿਆ ਫਿਰਦਾ ਹੈ ਫੌਜੀ ਹੈ ਸਕੂਲ ਛੱਡਿਆ ਮੈਂ ਤੈਨੂੰ ਅੱਜ ਮਾਸ਼ਾਅੱਲਾ ਸਰਦੀਆਂ ਦੀ ਪਹਿਲੀ ਬਾਰਿਸ਼ ਹੋਈ ਆ ਔਰ ਚੱਲ ਕੇ ਤੁਹਾਨੂੰ ਬਾਹਰ ਵਿਖਾਉਂਦੇ ਬਾਰਿਸ਼ ਕਾਫੀ ਟਾਈਮ ਦੀ ਹੋ ਗਈ ਲੇਕਿਨ ਮੈਂ ਵਲਾਗ ਕਾਫੀ ਲੇਟ ਸ਼ੁਰੂ ਕਰ ਰਿਹਾ ਔਰ ਸੁਬਹ ਸੁਬਹ ਸਮਝ ਲਓ ਕਿ ਬਾਰਿਸ਼ ਦੇ ਅੰਦਰ ਹੀ ਬੱਚਿਆਂ ਨੂੰ ਮੈਂ ਸਕੂਲ ਜਿਹੜਾ ਨਾ ਛੱਡ ਕੇ ਆਇਆ ਸੀ ਪਾਣੀ ਜਿਹੜਾ ਨਾ ਬਾਰਿਸ਼ ਦਾ ਹਾਲੇ ਖੜਾ ਜਗ੍ਹਾ ਜਗ੍ਹਾ ਜ਼ਿਆਦਾ ਤਾਂ ਨਹੀਂ ਹੋਈ ਬਸ ਪੂਰੀ ਸੂਰੀ ਜੀ ਬਾਰਿਸ਼ ਜਿਹੜੀ ਨਾ ਹੋਈ ਚਲੋ ਜ਼ਿਆਦਾ ਨਹੀਂ ਹੋਈ ਬੇਗਮ ਸਾਹਿਬ ਕਿੱਥੇ ਗਈ ਇੱਥੇ ਖੜੀ ਸੀ ਹਾਂ ਮੈਨੂੰ ਕਹਿ ਰਿਹਾ ਬੰਦ ਕਰਤੇ ਆਪਾਂ ਇਹਦੇ ਇੱਥੇ ਬਹਿ ਤੇ ਆਪਾਂ ਚੱਲੀਏ
ਕਿੱਥੇ ਚਲੀਏ ਕਿੱਥੇ ਚਲੀਏ ਇੱਥੇ ਬੈਠਾ ਨਵੀਂ ਜਾਵੀਂ ਕਿਤੇ ਨਾ ਪਹਿਲੇ ਨਾਲੋਂ ਅੱਜ ਡਬਲ ਸਰਦੀ ਹੋਈ ਪਈ ਹੈ ਕਿਉਂਕਿ ਬਾਰਿਸ਼ ਹੋਈ ਹੈ ਨਾ ਅਤੇ ਹਵਾ ਤਾਂ ਕੋਈ ਨਹੀਂ ਚੱਲੀ ਹੋਈ ਲੇਕਿਨ ਫਿਰ ਵੀ ਕਾਫੀ ਜ਼ਿਆਦਾ ਸਰਦੀ ਮਹਿਸੂਸ ਹੋ ਰਹੀ ਹਾਲਾਂਕਿ ਟਾਈਮ 10 ਤਕਰੀਬਨ 10 ਤੋਂ ਉੱਪਰ ਹੋ ਗਿਆ ਕਿਵੇਂ ਅਬਦੁਲ ਵਹਾਬ ਔਰ ਅਬਦੁਲ ਵਹਾਬ ਕਹਿ ਰਿਹਾ ਮੈਂ ਸਕੂਲ ਜਾਣਾ ਨਹੀਂ ਔਰ ਬੇਗਮ ਸਾਹਿਬਾਂ ਕੱਪੜੇ ਜਿਹੜੇ ਹੈ ਨਾ ਸ਼ੁਕਰ ਹੈ ਜਿਹੜਾ ਨਾ ਭਿੱਜੇ ਭੁੱਜੇ ਕੋਈ ਨਹੀਂ ਬਚ ਗਏ ਸੀ ਲਾ ਕੇ ਨੇ ਰੱਖ ਲਏ ਸੀ ਬਾਰਿਸ਼ ਟਾਈਮ 'ਤੇ ਫਿਰ ਬਾਅਦ 'ਚ ਫਿਰ ਪਾਏ ਨੇ ਖੁਸ਼ ਹੋ ਗਏ ਨੇ ਹਾਂਜੀ ਬੱਦਲ ਹਾਲੇ ਤੱਕ ਬੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਔਰ ਸਾਨੂੰ ਫਿਕਰ ਸਿਰਫ ਇਸ ਗੱਲ ਦੀ ਹੈ ਕਿ ਘਰ ਦਾ ਪਤਾ ਨਹੀਂ ਉੱਧਰ ਬਾਰਿਸ਼ ਹੋਈ ਹੈ ਕਿ ਨਹੀਂ ਹੋਈ ਉਹ ਨਾ ਹੋਵੇ ਕਿ ਬਾਰਿਸ਼ ਅਗਰ ਇੰਨੀ ਤਾਂ ਹੋ ਜਾਵੇ ਇਸ ਨੂੰ ਡਬਲ ਹੋ ਜਾਵੇ ਤਾਂ ਫਿਰ ਵੀ ਕੋਈ ਨਹੀਂ ਮਸਲਾ ਅਗਰ ਜ਼ਿਆਦਾ ਹੋ ਗਈ ਨਾ ਬਹੁਤ ਜ਼ਿਆਦਾ ਫਿਰ ਜਿਹੜੀ ਨਾ 120% ਭਾਵੇਂ ਚੁਣਾਈ ਹੋਈ ਹੋਵੇ ਨਾ ਪਲਸ ਦੂਈ ਸੀਮਿੰਟ ਦੀ ਵੀ ਫਿਰ ਜਿਹੜਾ ਨਾ ਨੀਹਾਂ ਨੂੰ ਪਾਣੀ ਪੈ ਜਾਣਾ ਫਿਰ ਤਿੜਕ ਜਾਵੇਗੀ ਆਪਣੀ ਜਗ੍ਹਾ ਪਤਾ ਨੀ ਕੀ ਆਂਦਾ ਚਿਰਬਲਾ ਮਾਰਦਾ ਛੱਤ ਛੱਤ ਚੜੀਏ ਅਬਦੁਲ ਵਹਾਬ ਜਾਵੇਗਾ ਥੱਲੇ ਤੇ ਬੇਗਮ ਸਾਹਿਬ ਮੈਂ ਚੜਿਆ ਛੱਤ ਉੱਤੇ ਅਗਰ ਅਬਦੁਲ ਵਹਾਬ ਨੂੰ ਉੱਪਰ ਜਿਹੜਾ ਨਹੀਂ ਚੜਾਉਣਾ ਕਾਫੀ ਸਾਰੇ ਪੈਣ ਪਈਆਂ ਦੇ ਕਮੈਂਟਾਂ ਮਾਰ ਕੇ ਬੱਚੇ ਨੂੰ ਛੱਤ ਤੇ ਚੜਾ ਕੀ ਦੋ ਅਬਦੁਲ ਵਹਾਬ ਰੋਣ ਲੱਗ ਗਏ ਘਰੇ ਮੈਂ ਵੀ ਛੱਤ ਤੇ ਚੜਨਾ ਇਹਨੂੰ ਥੱਲੇ ਛੱਡ ਕੇ ਫਿਰ ਆਵਾਂਗੇ ਕਿੱਥੇ ਚੜਨਾ ਹੈ ਛੱਤ ਤੇ ਚੜਨਾ ਹੈ ਓਏ ਓਏ ਛੱਤ ਚੜਨਾ ਉੱਤੇ ਅਬਦੁਲ ਵਹਾਬ ਨੂੰ ਬਾਹਰ ਹੀ ਖੋਲ ਕੇ ਦਿੱਤੀ ਹੈ ਤੇ ਬਾਹਰੋਂ ਵੇਖ ਕੇ ਹੁਣ ਇੱਥੇ ਲਾਲਚ ਲੱਗ ਗਿਆ ਮੈਨੂੰ ਕਹਿ ਰਿਹਾ ਛੱਤ ਤੇ ਚੱਲਣਾ ਛੱਤ ਤੇ ਉੱਥੇ ਜਿਹੜਾ ਲਾਲਚ ਲੱਗਿਆ ਫਿਰ ਮਾਸ਼ਾਅੱਲਾ ਜੀ ਕਿਆ ਬਾਤ ਹੈ ਸੂਰਜ ਨਿਕਲਿਆ ਹੋਇਆ ਲੇਕਿਨ ਮੱਧਮ ਜਿਹਾ ਔਰ ਉੱਪਰ ਤਾਂ ਜਿਹੜੀਆਂ ਨਾ ਇੱਥੇ ਹਵਾ ਵੀ ਲੱਗ ਰਹੀ ਹੈ ਥੋੜ੍ਹੀ ਬਹੁਤੀ ਥੱਲੇ ਹਵਾ ਕੋਈ ਨਹੀਂ ਸੀ ਲੇਕਿਨ ਉੱਪਰ ਜਿਹੜੀ ਹਵਾ ਲੱਗ ਰਹੀ ਹੈ ਔਰ ਮੇਰੇ ਤੋਂ ਇਲਾਵਾ ਛੱਤ 'ਤੇ ਤਕਰੀਬਨ ਕੋਈ ਵੀ ਕੋਈ ਨਹੀਂ ਹੈਗਾ ਮੈਂ ਛੱਤ 'ਤੇ ਸਿਰਫ ਇਹ ਦੇਖਣ ਆਇਆ ਸੀ ਕਿ ਇਸ ਸਾਈਡ 'ਤੇ ਜਿਹੜਾ ਹੈਗਾ ਨਾ ਸਾਡਾ ਘਰ ਬਣਦਾ ਪਿਆ ਉਸ ਸਾਈਡ 'ਤੇ ਬੱਦਲ ਵਗੈਰਾ ਹੈ ਤਾਂ ਨਹੀਂ ਕਿਤੇ ਉਹਦੇ ਬਾਰਿਸ਼ ਹੋਈ ਤਾਂ ਨਹੀਂ ਕਿਉਂਕਿ ਮਿਸਤਰੀ ਲਈ ਮੈਂ ਸਵੇਰ ਕਾਲ ਕੀਤੀ ਹੈ ਉਹਨੇ ਚੱਕੀ ਕੋਈ ਨਹੀਂ ਰਾਬਤਾ ਨਹੀਂ ਹੋਇਆ ਮੇਰਾ ਪਤਾ ਨਹੀਂ ਕੀ ਮਸਾ ਇਸ ਕਰਕੇ ਮੈਂ ਵੇਖਣੇ ਆ ਕੀ ਸੂਰਤ ਹਾਲ ਕਿਉਂਕਿ ਹੁਣ ਮੈਂ ਨਿਕਲਣ ਲੱਗਿਆ ਉੱਧਰ ਘਰ ਪਿੰਡ ਵਾਲੇ ਅਤੇ ਮੈਂ ਵੇਖ ਲਈਏ ਕਿ ਉਹ ਨਾ ਵੇ ਰਸਤੇ 'ਚ ਆਵਾਂ ਤੂੰ ਜੇ ਨਾ ਬਾਰਿਸ਼ ਹੋਣੀ ਸ਼ੁਰੂ ਹੋ ਜਾਵੇ ਕਿਉਂਕਿ ਸਰਦੀ ਹੈਗੀ ਅਤੇ ਬਿਮਾਰ ਹੋ ਜਾਵਾਂਗੇ ਔਰ ਸੂਰਜ ਹੋਰ ਤੇਜ਼ ਜਿਹੜਾ ਹੈਗਾ ਨਿਕਲ ਆਇਆ ਬੱਦਲ ਸਾਈਡ 'ਤੇ ਹੋਣ ਇੱਧਰ ਉੱਧਰ ਔਰ ਬੱਦਲ 'ਤੇ ਕਾਫੀ ਗਹਿਰੇ ਬਣੇ ਹੋਏ ਨੇ ਬੱਚੇ ਵੀ ਸਕੂਲ 'ਚੋਂ ਆ ਚੁੱਕੇ ਨੇ ਔਰ ਮੈਂ ਸਮਝ ਲਓ ਕਿ ਕਾਫੀ ਟਾਈਮ ਦਾ ਜਿਹੜਾ ਗਾਰੀ ਫਿਰਨਾ ਨਾਸ਼ਤੇ ਨੁਸ਼ਤੇ ਕਰਕੇ ਪਾੜੇ ਪੇਪਰ ਹੋ ਗਏ ਸਾਰਿਆਂ ਕੇ ਛੁੱਟੀਆਂ ਕਈਆਂ ਹਫ਼ਤੇ ਨੂੰ ਛੁੱਟੀਆਂ ਹੋਣੀਆਂ ਨੇ ਕਿ ਹਫ਼ਤੇ ਦੀਆਂ ਛੁੱਟੀਆਂ ਹੋਣੀਆਂ ਹੈ ਛੁੱਟੀ ਹੋ ਗਈ ਹੈ ਸਵੇਰ ਛੁੱਟੀ ਹੈ ਇੱਕੀ ਤਰੀਕ ਨੂੰ ਤੁਸੀਂ ਜਿਹੜਾ ਹੈਗਾ ਜਾਣਾ ਹੈ ਅੱਜ 14 ਤਰੀਕ ਹੈ ਚਲੋ ਜੀ ਅੱਲਾ ਪਾਕ ਜਿਹੜਾ ਨੇ ਇਹਨਾਂ ਨੂੰ ਪਹਿਲੇ ਨੰਬਰ ਤੇ ਲਿਆ ਪਹਿਲੀ ਵਾਰੀ ਆਇਆ ਬਾਕੀ ਕਾਫੀ ਸਾਰੇ ਬਹਿਣ ਬਈ ਕਹਿ ਰਹੇ ਸੀ ਅਗਲੇ ਦਿਨ ਕਿ ਤੁਸੀਂ ਪਿੰਡ ਵਾਪਸ ਜਾ ਰਹੇ ਬੱਚਿਆਂ ਦਾ ਕੀ ਕਰਨਾ ਬੱਚੇ ਸੀ ਪਾਗਲ ਕੋਈ ਨਹੀਂ
और शक्लों से चाहे पागल लगने साडे काम ही पागलों ने होवणगे लेकिन इन्हें भी असं कमरे को नहीं बच्चों वास्ते असं इतने आए तो बच्चों असं वापस उत्थे ही जड़ा लैके जावे असं इन्हों का बंदोबस्त ही या तो इतने शहर च ही करा किसी कोई हिसाब लावे नहीं तो फिर पढ़न गए इतने इस स्कूल के ही पढ़न गए असं किसी होर स्कूल इंशाला नहीं पढ़ा लोग इतने इन्नी मेहनत करते पे बच्चे सही पढ़न लग गए तो हूँ असं वापस पिंड लैके जावे तो फिर नवे स्कूल पावे तो बच्चों की पढ़ाई खराब हो जाएगी इस स्कूल दे विच ही जेड़े हैं ना समझ लो कि बच्चे पढ़नगे इंशाला इंशाला और तुसी वेखोगे इंशाला कोई ना कोई इन्हां दी सवारी दा बंदोबस्त कर लवांगे अगर ना होया तो फिर इत्थे ही रह के बच्चों किसी ना किसी कोई हिसाब लावांगे लेकिन इस स्कूल च असीं बच्चों कढ़दे कोई नहीं भावे साडा जो मर्जी हो जाए इवें अब्दुल वहाब और दुआ करना है कि बच्चे जेड़ा है ना लैके आवन ट्राफी ट्रूफी लैके आवन पहले नंबर दी फर्स्ट सैकेंड कोई ना कोई पोजिशन लैके आवन ना ते क्या ही बात है मजे आ जाए की खोल दे पानी है ही कोई ना।